आप सारे बड़े प्रेम प्यार स्नेह नाल जुड़ बैठे हो। साढ़े तो पहला अत सत्कार जो मेरे वीर जी भाई अमनदीप सिंह जी आप जी नूं अपनी मिठी रसना द्वारा उस मालक की बाणी सरवण करवा रहे सन। बड़े प्यारे प्यारे शब्द भाई साहब जी ने पढ़े, नहीं छोड़ो रे बाबा राम मेरो और पढ़न स्यों नहीं कहा। ਇਹ ਗੱਲ ਜੀਵਨ ਦੇ ਵਿੱਚ ਜਿੰਨਾ ਜਲਦੀ ਐਕਸੈਪਟ ਕਰ ਲਵਾਂਗੇ ਕਿ ਬਾਕੀ ਗੱਲਾਂ ਨਾਲ ਸਾਡਾ ਕੋਈ ਇਸ ਜੀਵਨ ਦੇ ਵਿੱਚ ਲਾਭ ਨਹੀਂ ਹੈ, ਜਿਹਦੇ ਨਾਲ ਲਾਭ ਹੈ
ਉਸ ਗੱਲ ਨੂੰ ਆਪਾਂ ਜੀਵਨ ਦੇ ਵਿੱਚ ਪਕੜਨ ਦਾ ਯਤਨ ਕਰੀਏ। ਮਾਲਕ ਜੀ ਦੀ ਬਾਣੀ ਹਰ ਥਾਂ ਤੇ ਹਰ ਸਮੇਂ ਤੇ ਸਾਨੂੰ ਇਹ ਸਮਝਾਉਣਾ ਕਰ ਰਹੀ ਹੈ ਕਿ ਤੇਰੇ ਕੋਲ ਸਮਾਂ ਜਿਹੜਾ ਹੈ ਸੀਮਿਤ ਹੈ। ਉਸਨੂੰ ਤੂੰ ਗੁਰੂ ਦੇ ਨਾਮ ਦੇ ਰਾਹੀਂ ਜੀ ਲਏਗਾ ਤੇ ਤੇਰੇ ਵਾਸਤੇ ਉਹ ਬੜਾ ਚੰਗਾ ਹੈ। ਮੈਂ ਬਹੁਤੀ ਗੱਲ ਨਹੀਂ ਕਰਨੀ। ਮੈਂ ਸਭ ਤੋਂ ਪਹਿਲਾਂ ਤਾਂ ਨੈਚੁਰਲ ਲੁੱਕ ਜੋ ਕਲੀਨਿਕ ਹੈ ਮੇਰੇ ਵੀਰ ਜੀ ਹੋਰਾਂ ਦਾ, ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਹਾਂ ਕਿ ਮਾਲਕ ਜੀ ਨੇ ਤੁਹਾਨੂੰ ਇਹ ਬਲ ਬਖਸ਼ਿਸ਼ ਕੀਤਾ ਹੈ। ਸਮੂਹ ਸ਼ਾਂਤ ਪਰਿਵਾਰ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਕਿ ਅੱਜ ਦਾ ਸਮਾਗਮ ਜੋ ਨੈਚੁਰਲ ਲੁੱਕ ਦੇ ਨਾਲ ਰਲ ਮਿਲ ਕੇ ਉਹਨਾਂ ਨੇ ਉਲੀਕਿਆ ਹੈ। ਆਪ ਸਮੂਹ ਸੰਗਤਾਂ ਨੂੰ ਵਧਾਈ ਦੇਣਾ ਹਾਂ ਕਿ ਆਪ ਗੁਰੂ ਚਰਨਾਂ ਵਿੱਚ ਆ ਕੇ ਬਿਰਾਜੇ ਹੋ ਅਤੇ ਗੁਰੂ ਚਰਨਾਂ ਦਾ ਲਾਹਾ ਹੈ ਜਿਹੜਾ ਜਸ ਹੈ ਉਹ ਖੱਟ ਰਹੇ ਹੋ। ਇਸ ਤੋਂ ਵੱਡੀ ਜੀਵਨ ਦੇ ਵਿੱਚ ਹੋਰ ਕੋਈ ਗੱਲ ਨਹੀਂ ਹੋ ਸਕਦੀ। ਮਹਾਰਾਜ ਜੀ ਦੀ ਬਾਣੀ ਬਖਸ਼ਿਸ਼ ਕਰਦੀ ਹੈ ਕਿ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀ। ਜਿੰਨੀ ਮੈਲ ਸਾਡੇ ਹਿਰਦੇ 'ਤੇ ਚੜ੍ਹਦੀ ਹੈ ਨਾ ਇਸ ਦੁਨੀਆਂ ਦੀ, ਉਹਨੂੰ ਕੱਟਣ ਦਾ ਇੱਕੋ ਰਾਹ ਹੈ ਜੋ ਅੱਜ ਆਪ ਜੀ ਗੁਰੂ ਕੀ ਸੰਗਤ ਦੇ ਵਿੱਚ ਜੁੜ ਕੇ ਕਰ ਰਹੇ ਹੋ, ਗੁਰੂ ਕੀ ਸੰਗਤ ਨੂੰ ਭੋਗ ਕੇ। ਸੋ ਇੱਕ ਵਾਰੀ ਫਿਰ ਨੈਚੁਰਲ ਲੁੱਕ ਕਲੀਨਿਕ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਸਮੂਹ ਕੀਰਤਨੀਏ ਭਾਈ ਸੁਖਦੇਵ ਸਿੰਘ ਜੀ, ਭਾਈ ਗੁਰਫਤਿਹ ਸਿੰਘ ਸ਼ਾਨ ਜੀ, ਸਰਤਾਜ ਜੀ, ਸਮੂਹ ਕੀਰਤਨੀਏ ਜੁੜ ਬੈਠੇ ਨੇ। ਔਰ ਮੈਂ ਹੈਰਾਨ ਹਾਂ ਕਿ ਇੱਕੋ ਦਿਨ ਇਹ ਸਾਰੇ ਜਿਹੜੇ ਦਿੱਲੀ ਦੇ ਕੀਰਤਨੀਏ ਨੇ, ਜਿਹੜੀ ਦਿੱਲੀ ਦੀ ਸ਼ਾਨ ਨੇ, ਇਹਨਾਂ ਦੇ ਇੰਨੇ ਇੰਨੇ ਵੱਡੇ ਨਾਮ, ਇੱਕੋ ਦਿਨ ਗੁਰਫਤਿਹ ਸਿੰਘ ਸ਼ਾਨ ਜੀ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰ ਲਿਆ ਹੈ। ਆਖੋ ਸਤਨਾਮ, ਇਹ ਇਹਨਾਂ ਦਾ ਪਿਆਰ ਹੈ, ਗੁਰਫਤਿਹ ਜੀ ਦਾ ਪਿਆਰ ਹੈ। ਸੋ ਮਹਾਰਾਜ ਇਹਨਾਂ ਦਾ ਇਹ ਪਿਆਰ ਇਸੇ ਤਰ੍ਹਾਂ ਬਰਕਰਾਰ ਰੱਖੇ। ਆਪ ਜੀ ਨੇ ਡੰਡੋਤ ਰੂਪ ਦੇ ਵਿੱਚ ਸਰਵਣ ਕੀਤਾ ਹੈ ਕਿ ਹੇ ਪ੍ਰਾਣ ਨਾਥ ਗੋਬਿੰਦੇ, ਕਿਰਪਾ ਨਿਧਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਣੈ ਕਰੁਣਾ ਮੈਂ ਸਭ ਦੁੱਖ ਹਰੂੰ, ਹੇ ਸ਼ਰਨ ਯੋਗ ਦਿਆਲੈ ਦੀਨਾ ਨਾਥ ਮਾਇਆ ਕਰੋ, ਸਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਬੋਦਰ ਮਾਰਦੇ। ਸੋ ਜਿੱਦਾਂ ਕਿ ਵੀਰ ਜੀ ਹੋਰਾਂ ਨੇ ਦੱਸਿਆ ਕਿ ਉਹਨਾਂ ਨੂੰ ਮਹਾਰਾਜ ਜੀ ਨੇ ਬਲ ਬਖਸ਼ਿਆ ਹੈ, ਇਹ ਜੋ ਉਹਨਾਂ ਨੇ ਆਪ ਜੀ ਨੂੰ ਸਾਰਾ ਆਪਣੀਆਂ ਦਵਾਈਆਂ ਬਾਰੇ ਜੋ ਵੀ ਨੈਚੁਰਲ ਹੈ, ਦਵਾਈਆਂ ਨਹੀਂ ਕਹਿ ਸਕਦੇ, ਇਹ ਕੁਦਰਤੀ ਹਨ। ਕੁਦਰਤ ਜੋ ਸਾਨੂੰ ਦਿੰਦੀ ਹੈ ਉਹਦੇ ਵਿੱਚ ਇਹ ਦੁਨਿਆਵੀ ਦਵਾਈਆਂ ਨਾਲੋਂ ਜ਼ਿਆਦਾ ਰਸ ਹੈ, ਅਤੇ ਜਿੰਨਾ ਜਲਦੀ ਆਪਾਂ ਐਕਸੈਪਟ ਕਰਾਂਗੇ ਇਹ ਜਿਹੜੀ ਐਲੋਪੈਥਿਕ ਹੈ, ਇਸ ਤੋਂ ਹਟ ਕੇ ਥੋੜ੍ਹਾ ਨੈਚੁਰਲ ਵਾਲੇ ਪਾਸੇ ਜੇ ਤੁਰਾਂਗੇ ਤਾਂ ਓਬਵੀਅਸਲੀ ਉਹ ਸਾਡਾ ਉਹਦੇ ਵਿੱਚ ਲਾਭ ਹੀ ਲਾਭ ਹੈ, ਫਾਇਦਾ ਹੀ ਫਾਇਦਾ ਹੈ। ਇਸ ਗੱਲ ਨੂੰ ਆਪਾਂ ਐਕਸੈਪਟ ਕਰੀਏ ਅਤੇ ਕਈਆਂ ਨੂੰ ਦੱਸ ਵੀ ਰਹੇ ਨੇ ਕਿ ਬੜਾ ਬੜਾ ਲਾਭ ਹੋਇਆ ਹੈ, ਉਹਨਾਂ ਨੂੰ ਵੀ ਮਿਲੀਏ ਅਤੇ ਅੱਗੇ ਹੋਰ ਵੀ ਇਸ ਗੱਲ ਦਾ ਆਪਾਂ ਪ੍ਰਚਾਰ ਕਰੀਏ। ਕਿਉਂਕਿ ਅਸਲ ਵਿੱਚ ਜਿੰਨੀ ਆਪਾਂ ਐਲੋਪੈਥਿਕ ਖਾਵਾਂਗੇ ਉਹ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਬੋਡੀ ਵਿੱਚ ਜ਼ਰੂਰ ਕਰਦੀ ਹੈ, ਪਰ ਆਯੁਰਵੇਦ ਦਾ ਕੋਈ ਸਰੀਰ ਦੇ ਵਿੱਚ ਨੁਕਸਾਨ ਨਹੀਂ ਹੈ। ਇਸ ਗੱਲ ਨੂੰ ਆਪ ਜੀ ਸਾਰੇ ਹੋਰ ਗੁਰੂ ਕੀ ਸੰਗਤ ਜੀ ਆਪ ਹੋਰ ਵਧਾਓ। ਸੋ ਮਾਲਕ ਕਿਰਪਾ ਕਰੇ, ਛੋਟਾ ਜਿਹਾ ਸਲੋਕ, ਦੀਨ ਦਰਦ ਦੁੱਖ ਭੰਜਨਾ ਘੱਟ ਘੱਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਪ੍ਰਭਸਾਦ। ਸੁਖਮਣੀ ਸਾਹਿਬ ਦੇ ਵਿੱਚ ਆਪ ਜੀ ਇਸ ਸਲੋਕ ਨੂੰ ਸਰਵਣ ਕਰਦੇ ਹੋ। ਸਿਰਫ 2-3 ਮਿੰਟ ਲਈ ਆਪਾਂ ਇਹ ਰਾਗ ਦੇ ਵਿੱਚ ਸ਼ਬਦ ਪੜ੍ਹ ਕੇ ਫਿਰ ਇੱਕ ਸ਼ਬਦ ਆਪਾਂ ਸਾਰੇ ਰਲ ਕੇ ਇਕੱਠੇ ਮਿਲ ਕੇ ਪੜ੍ਹਾਂਗੇ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਮੈਂ ਬੇਨਤੀ ਕਰਾਂਗਾ ਜੇ ਰਾਗ ਵੀ ਸਮਝ ਪਵੇ ਤਾਂ ਨਾਲ ਨਾਲ ਜ਼ਰੂਰ ਗਾਇਓ, ਪਰ ਅਗਲਾ ਸ਼ਬਦ ਵਾਸਤੇ ਤੁਸੀਂ ਆਪਣੇ ਰਸਨਾ ਨੂੰ ਅਤੇ ਆਪਣੇ ਮਾਇੰਡ ਨੂੰ, ਆਪਣੇ ਮਨ ਨੂੰ ਪ੍ਰਿਪੇਅਰ ਕਰਕੇ ਰੱਖਿਓ ਕਿ ਅਸੀਂ ਨਾਲ ਨਾਲ ਗਾਉਣਾ ਹੈ, ਕਿਉਂਕਿ ਜੇ ਤੁਸੀਂ ਨਹੀਂ ਗਾਓਗੇ ਤਾਂ ਮੈਂ ਵੀ ਉੱਥੇ ਕੀਰਤਨ ਰੋਕ ਦੇਣਾ ਹੈ। ਕੀਰਤਨ ਜਿਹੜਾ ਹੈ ਉਹ ਖਾਲੀ ਕੀਰਤਨੀਆਂ ਦੀ ਡਿਊਟੀ ਨਹੀਂ ਹੈ, ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਕੀਰਤਨ ਨੂੰ ਸੁਣਨਾ ਵੀ ਹੈ, ਕੀਰਤਨ ਨੂੰ ਗਾਉਣਾ ਵੀ ਹੈ, ਇਹ ਹਰ ਇੱਕ ਗੁਰਸਿੱਖ ਦੀ ਮਾਲਕ ਜੀ ਡਿਊਟੀ ਲਾ ਕੇ ਗਏ ਹਨ। ਆਓ ਕਰੋ ਕਿਰਪਾ ਜੀ। ਦੀਨ ਦਰਦ ਦੁੱਖ ਭੰਜਨਾ ਦਰਦ ਦੁੱਖ ਭੰਜਨਾ, ਦਰਦ ਦੁੱਖ ਭੰਜਨਾ, ਦਰਦ ਦੁੱਖ ਭੰਜਨਾ, ਘੱਟ ਘੱਟ ਨਾਥ ਦੁੱਖ ਭੰਜਨਾ, ਦੀਨ ਦਰਦ ਦੁੱਖ ਭੰਜਨਾ।
दर्द दीन दर्द दुख भंजना खट खट नाथ खट खट नाथ शरण तुम्हारिया शरण तुम्हारिया नानक के प्रभु नानक के प्रभु दीन दर्द दुख बन दुख भंजना कट कट नाथ कट कट नाथ दीन दर्द दुख भंजना दीन दर्द दुख ਜਦੋਂ ਅਸੀਂ ਰਾਗ ਪੜ੍ਹਦੇ ਹਾਂ ਤਾਂ ਮੈਨੂੰ ਇੱਕ ਗੱਲ ਚੇਤੇ ਆਉਂਦੀ ਹੈ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਜੀ ਦੀ। ਮੈਂ ਛੋਟਾ ਜਿਹਾ ਹੁੰਦਾ ਸੀ ਭਾਈ ਗੁਰਫਤਿਹ ਸਿੰਘ ਸ਼ਾਂਤ ਜੀ ਦੇ ਚਾਚਾ ਜੀ ਨੇ ਆਪ ਜੀ ਸਾਰੇ ਜਾਣਦੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਹਜੂਰੀ ਰਾਗੀ ਅੰਮ੍ਰਿਤਸਰ ਦਰਬਾਰ ਸਾਹਿਬ। ਮੈਂ ਛੋਟਾ ਜਿਹਾ ਹੁੰਦਾ ਸੀ ਅਤੇ ਜਦੋਂ ਵੀ ਉਹਨਾਂ ਨੇ ਨੇੜੇ ਆਉਣਾ ਇੱਥੇ ਤਿਲਕ ਨਗਰ ਵੀ ਬਲੋਕ ਕਿਸ਼ੋਰੀਆਂ ਦਾ ਗੁਰਦੁਆਰਾ ਤਿਰਾਈ ਬਰਾਦਰੀ ਦਾ ਉੱਥੇ ਹਰ ਸਾਲ ਸਮਾਗਮ ਹੁੰਦਾ ਹੈ। ਉੱਥੇ ਉਹਨਾਂ ਨੇ ਆਉਣਾ ਅਤੇ ਅਸੀਂ ਉਹਨਾਂ ਨੂੰ ਜਾ ਕੇ ਪਿੱਛੇ ਪਿੱਛੇ ਜਾ ਕੇ ਦੇਖਣਾ ਵੀ ਇਹ ਕਰਦੇ ਕੀ ਨੇ ਵੀ ਕੈਸਾ ਮਾਹੌਲ ਬਣਦੇ ਨੇ ਅਤੇ ਫਿਰ ਜਦੋਂ ਅਸੀਂ ਬਹਿਣਾ ਉਹਨਾਂ ਦੇ ਚਰਨਾਂ ਵਿੱਚ ਤਾਂ ਉਹਨਾਂ ਨੇ ਸਾਰਿਆਂ ਨੂੰ ਕਹਿਣਾ ਵੀ ਕੁਛ ਸੁਣਾਓ, ਕਿਸੇ ਨੇ ਵਾਜਾ ਹੀ ਨਾ ਫੜਨਾ, ਕਿਉਂਕਿ ਮੇਰੇ ਜਿਹਾ ਬੰਦਾ ਅਭੁੱਲ ਬੰਦਾ ਉਹਨੂੰ ਕੀ ਪਤਾ ਸੀ ਕਿ ਉਸਤਾਦ ਸਾਹਮਣੇ ਗਾਉਣਾ ਹੈ ਕਿ ਨਹੀਂ ਗਾਉਣਾ। ਪਰ ਮੈਂ ਫਾਟੀ ਵਾਜਾ ਫੜ ਲੈਂਦਾ ਹੁੰਦਾ ਸੀ ਅਤੇ ਮੈਂ ਗਾਉਣ ਲੱਗ ਪੈਂਦਾ ਸੀ ਜੇ ਗੁਰਫਤਿਹ ਸਿੰਘ ਸ਼ਾਂਤ ਜੀ ਨੂੰ ਚੇਤੇ ਹੋਵੇ। ਅਤੇ ਉਹਨਾਂ ਨੇ ਇਹ ਬਚਨ ਕੀਤਾ ਸੀ ਕਿ ਤੁਸੀਂ ਸਾਰੇ ਦੇਖਿਓ ਵੀ ਇਹ ਇੱਕ ਦਿਨ ਬੜੀ ਅੱਗੇ ਜਾਏਗਾ, ਅੱਗੇ ਤਾਂ ਚਲੋ ਕੀ ਜਾਣਾ ਹੈ, ਪਰ ਉਹ ਜਿਹੜੇ ਰਾਹਾਂ ਉੱਤੇ ਸਾਨੂੰ ਤੋਰ ਗਏ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਜੋ ਉਹਨਾਂ ਕੋਲ ਸਿੱਖਿਆ ਮੈਨੂੰ ਹਾਲੇ ਤੱਕ ਚੇਤੇ ਹੈ ਅਤੇ ਉਹਨਾਂ ਦੇ ਇਹਨਾਂ ਬਚਨਾਂ ਵਿੱਚ ਹੀ ਸਾਨੂੰ ਬੜਾ ਪਿਆਰ ਮਿਲਿਆ ਹੈ ਔਰ ਇਹ ਸਾਰਾ ਜਿਹੜਾ ਪਰਿਵਾਰ ਹੈ ਇਹ ਇਸੇ ਤਰ੍ਹਾਂ ਆਪਣੀ ਕਲਾ ਦੇ ਨਾਲ ਗੁਰੂ ਘਰ ਨੂੰ ਸਮਰਪਿਤ ਹੈ। ਸ਼ੁਰੂ ਤੋਂ ਹੀ ਇਹਨਾਂ ਦੇ ਪਿੱਛੋਂ ਹੀ ਚੱਲਦਾ ਆ ਰਿਹਾ ਹੈ, ਬੜੀਆਂ ਇਹਨਾਂ ਦੀਆਂ ਪੀੜ੍ਹੀਆਂ ਹੈ, ਇਹ
ਜਵਾਨ ਨੌਜਵਾਨ ਪੀੜ੍ਹੀ ਗੁਰੂ ਫਤਿਹ ਸਿੰਘ ਸ਼ਾਹ ਜੀ ਜੋ ਆਪਣੇ ਇਸ ਪਰਿਵਾਰ ਦਾ ਨਾਮ ਅੱਗੇ ਅੱਗੇ ਰੋਸ਼ਨ ਕਰ ਰਹੇ ਹਨ, ਇਸੇ ਤਰ੍ਹਾਂ ਮਹਾਰਾਜ ਇਹਨਾਂ ਨੂੰ ਬਲ ਬਖਸ਼ੇ। शरण कुमारी शरण तुम्हारी आयो, शरण तुम्हारी आयो, शरण तुम्हारी आयो, शरण तुम्हारी आयो। नानक के प्रसाद, नानक के प्रसाद, दीन दर्द दुख पलटना, दीन दर्द दुख पलटना, कट कट ना कट कट लायना, दे दर्द दुख पलटना, दे दर्द दुख, दे दर्द दुख, दे दर्द दुख पलटना, दुख पलटना। बिन पागा सत्संग ना लबे, सारे जपो जी एक बार। बिन पागा सत्संग ना लबे, बिन संगत मैल परी जय जियो, बिन पागा सत्संग ना लबे। वाहेगुरु जी, बिन पागा सत्संग ना लबे। हर जन संत मिलो मेरे भाई, हर जन मन पी जय जियो,
Bhai,
संगत ने बहुत सासना
बिन पागा सत संग नाल में वाहेगुरु जी बिन पागा सत संग नाल में आप सब नु इस मागन दी बहुत बहुत मुबारकबाद सच्चे पातशाह जी नेचुरल लुक क्लिनिक नूं होर बुलंदियां ते लैके जाण जो इस सच्चे सुच्चे मन नाल सच्ची सुच्ची सेवा कर रहे हैं सतगुरु सच्चे पातशाह जी इन्हां नूं होर बल बख्शिश करन आओ अगला प्रोग्राम वीर जी पासों सरवण करिए गज के फतेह बुलाओ जी वाहेगुरु जी का खालसा वाहेगुरु जी की फतेह।